बिसम रखमान तमाम दोस्त मेरे भाई मेरे चैनल तरफ असलम उम्मीद है सब दोस्त खैरियत में होंगे तो भाई मेरे चालीस हजार बॉन्ड लास्ट ते फाइनल वीडियो मेरी मैं अपने दोस्तों नाम शेयर करनी है पच्ची छत्तीस जीरो तीन थले पटरा करना साल की दूसरी पट्टी थे बड़े अच्छे एंगल के नाल बड़ी प्यारी रीजन के नाल अट में अपने दोस्तों शेयर करना इनशा दोस्तों पसंद आ स ਤੇ ਰਿਕੁਐਸਟ ਹੈ ਜੀ ਦੋਸਤਾਂ ਮੇਰੇ ਭਾਈਆਂ ਕੇ ਜੋ ਜਿਹੜੇ ਦੋਸਤ ਨੂੰ ਮਿਹਨਤ ਅੱਛੀ ਲੱਗੇ ਪਸੰਦ ਆਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰਨਾ ਹੈ ਤਾਂ ਕਿ ਸਾਡੀ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਪਹੁੰਚੇ ਐ ਯਾਰ ਮੈਂ ਟੋਟਲ ਵੀਡੀਓ 4 ਲਾਈਆਂ ਨੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ 3 3 ਦੀ ਪੈਕ ਆਤੀ 8 3 ਦੀ ਪੈਕਟ 90 5 ਦੀ ਪੈਕਟ 85 4 ਦੀ ਪੈਕਟ ਤੇ 49 9 ਦੀ ਪੈਕਟ ਐ ਮੈਂ ਟੋਟਲ 4 ਵੀਡੀਓ ਲਾਈਆਂ ਨੇ ਆ ਮੇਰੇ ਫਾਈਨਲ ਲਿੰਕ ਨੇ 1649 ਤੋਂ ਬਗੈਰ ਫਸਟ ਡਰਾ ਨਹੀਂ ਹੋਣਾ ਚਾਹੀਦਾ ਤੇ ਗੈਬ ਦਿਲਮ ਅੱਲਾ ਦੀ ਜ਼ਾਤ ਕੋਲ ਇਨਸਾਨ ਸਿਰਫ ਕੋਸ਼ਿਸ਼ ਕਰ ਸਕਦਾ ਹੈ ਉਹ ਕੋਸ਼ਿਸ਼ ਕਰਕੇ ਆਪਣੇ ਦੋਸਤ ਆਪਣੇ ਭਾਈਆਂ ਦੇ ਸਾਹਮਣੇ ਰੱਖਣੀ ਹੈ ਅੱਜ ਦੀ ਫਾਈਨਲ ਵੀਡੀਓ ਕੁ ਸਿੰਗਲ ਓਪਨ ਬਹਾਵਾਂਗਾ ਸਿੰਗਲ ক্লোਜ਼ ਤੇ ਸਿੰਗਲ ਪੈਕੇਟ ਦੀ ਜਮ੍ਹਾਂ ਨਾਲ ਸੈਂਟਰ ਲਾਵਾਂਗਾ ਔਰ ਸਿੰਗਲ ਪੈਕੇਟ ਦੀ ਜਮ੍ਹਾਂ ਵੀ ਲਗਦੀ ਆ ਰਹੀ ਹੈ ਔਰ ਬੜੇ ਪਿਆਰੇ ਐਂਗਲ ਦੇ ਨਾਲ ਪਿਛਾਂ ਸਭ ਕੁਝ ਕਲੀਅਰ ਕਰਕੇ ਖੜੀ ਹੋਈ ਹੈ ਔਰ ਮੇਨ ਮਿਹਨਤ ਮੇਰੇ ਦੋਸਤਾਂ ਮੇਰੇ ਭਾਈਆਂ ਨੂੰ ਚੰਗੀ ਲੱਗੇ ਅੱਛੀ ਲੱਗੇ ਤੇ ਸਪੋਰਟ ਜ਼ਰੂਰ ਕਰਿਆ ਕਰੋ ਯਾਰ ਜੋ ਦੋਸਤ ਲਾਈਕ ਨਹੀਂ ਕਰਦੇ ਲਾਈਕ ਕਰਨ ਨਾਲ ਕੁਝ ਵੀ ਨਹੀਂ ਜਾਂਦਾ ਯਾਰ ਕਿਸੇ ਦਾ ਜੋ ਦੋਸਤ ਨੇ ਸਬਸਕ੍ਰਾਈਬ ਨਹੀਂ ਕੀਤਾ ਜਾਂ ਪੇਜ ਨੂੰ ਫੋਲੋ ਨਹੀਂ ਕੀਤਾ ਕਰ ਲੋ ਤਾਂ ਕਿ ਸਾਡੀ ਜੋ ਵੀਡੀਓ ਵੀ ਇਹ ਮੇਰੇ ਦੋਸਤ ਮੇਰੇ ਭਾਈਆਂ ਤੱਕ ਜਲਦੋਂ ਜਲਦ ਪਹੁੰਚੇ ਅੱਜ ਦੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਅੱਲਾਹ ਨੇ ਚਾਹਿਆ ਤੇ ਮੇਰੇ ਦੋਸਤਾਂ ਨੂੰ ਪਸੰਦਾ ਸੀ ਤੇ ਗੈਬ ਦਿਲਮ ਤਾਂ ਯਾਰ ਅੱਲਾਹ ਦੀ ਜ਼ਾਤ ਕੋਲੇ ਇਨਸਾਨ ਸਿਰਫ ਕੋਸ਼ਿਸ਼ ਕਰ ਸਕਦਾ ਹੈ ਕੋਸ਼ਿਸ਼ ਕਰਕੇ ਆਪਣੇ ਦੋਸਤਾਂ ਦੇ ਸਾਹਮਣੇ ਰੱਖਣ ਲੱਗੇ ਹੈ ਐ ਯਾਰ ਨਾ 15000 ਬੌਂਡ ਦੇ ਵਿੱਚ ਸੈਂਟਰ 5 ਦਾ ਪਹਿਲੀ ਦਫਾ ਪਹਿਲੀ ਪੱਟੀ ਤੇ ਆ ਲੱਗਿਆ ਹੈ ਔਰ ਮੈਂ ਦੇ ਐਂਗਲ ਵੀ ਵਿਖਾਵਾਂਗਾ ਆਪਣੇ ਦੋਸਤਾਂ ਨੂੰ ਕਿੰਨਾ ਕੁਸ਼ਲियर ਕਰਕੇ ਸੈਟਅਪ ਬਣਾ ਕੇ ਅੱਜ ਲੱਗਣ ਵਾਸਤੇ ਖੜਾ ਹੋਇਆ ਹੈ ਜਿਹੜਾ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਿਆ ਫਿਰ ਯਾਰ ਆ ਕੇ ਸੈਂਟਰ 5 ਦਾ ਕਾਫੀ ਦੇਰ ਬਾਅਦ ਇਹ ਲੱਗਿਆ ਅੱਜ ਸੈਂਟਰ 5 ਦਾ ਆ ਲੱਗ ਚੁੱਕਿਆ ਹੈ ਤਵੱਜੂ ਕਰਨੀ ਯਾਰ ਮੇਰੇ ਭਾਈਆ ਨੇ ਕਿਹੋ ਜਿਹਾ ਐਂਗਲ ਬਣਾਇਆ ਯਾਰ ਕਿਹੋ ਜਿਹਾ ਜ਼ਬਰਦਸਤ ਐਂਗਲ ਬਣਾਇਆ ਹੈ ਜਿਹੜਾ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਦਾ ਪਿਆ ਔਰ ਇਨਸ਼ਾਅੱਲਾ ਅੱਲਾ ਨੇ ਚਾਹਿਆ ਤੇ ਮੇਰੇ ਦੋਸਤਾਂ ਨੂੰ ਪਸੰਦ ਵੀ ਆਸੀ ਜਦੋਂ ਯਾਰ ਆ ਸੈਂਟਰ ਪਹਿਲੀ ਦਫਾ ਲੱਗਿਆ ਨਾ ਅੱਗੇ 4 ਫਰਕ ਚਾਕੜਾ ਵੀ ਹੋਣਾ ਜ਼ਰੂਰੀ ਸੀ ਫੇਰੀ 5 ਦਾ ਸੈਂਟਰ ਲੱਗਦਾ ਤੇ ਯਾਰ ਅਗਲਾ ਐਂਗਲ ਕਲੀਅਰ ਹੋਣਾ ਸੀ ਇਹ ਲੱਗੇ ਯਾਰ 5 ਦਾ ਸੈਂਟਰ ਸਾਲ ਦੀ ਪਹਿਲੀ ਪੱਟੀ 15000 ਚ ਤੇ ਅੱਗੇ 5 4 ਫਰਕ ਚਾਕੜਾ ਵੀ ਲੱਗਣਾ ਜ਼ਰੂਰੀ ਸੀ ਆ ਪੰਜ ਦਾ ਸੈਂਟਰ ਲੱਗਿਆ ਅੱਗੇ 4 ਫਰਕ ਚਾਕੜਾ ਲੱਗਣਾ ਵੀ ਜ਼ਰੂਰੀ ਸੀ ਅਗਰ ਯਾਰ ਮਿੰਤ ਅੱਛੀ ਲੱਗੇ ਨਾ ਤੇ سپورਟ ਕਰਨੀ ਮੇਰੇ ਦੋਸਤਾਂ ਮੇਰੇ ਭਾਈਆ ਨੇ ਚਾਰ ਫਰਕ ਚੱਗੇ ਆਕੜਾ ਲੱਗਣਾ ਜ਼ਰੂਰੀ ਸੀ ਇਸ ਤੋਂ ਬਾਅਦ ਅਸੀਂ ਅੱਗੇ ਡਰਾ ਜਿਹੜਾ ਕਰਨਾ ਸੀ 750 ਬੌਂਡ ਦੀ ਪਹਿਲੀ ਪੱਟੀ ਤੇ ਇੱਕ ਜਮਾ ਚਾਕੜਾ ਲੱਗਣਾ ਸੀ ਐ ਵੀ ਲੱਗਿਆ ਯਾਰ ਜਦੋਂ ਅਸੀਂ ਦੁਬਾਰਾ ਡਰਾ ਆ ਕੇ ਇਸ ਤੋਂ ਅੱਗੇ ਡਰਾ ਕਰਨਾ ਸੀ ਤੇ ਇੱਕ ਜਮਾ ਚੀ ਆਕੜਾ ਲੱਗਣਾ ਸੀ ਐ ਲੱਗਿਆ ਯਾਰ ਫਿਰ ਆ ਕੇ ਇੱਕ ਜਮਾ ਚੀ ਆਕੜਾ ਲੱਗਣਾ ਸੀ ਯਾਰ 10 ਦੀ ਜਮਾ ਸਮਲੋ 21 ਜਮਾ ਸਿੰਗਲ ਇੱਕ ਜਮਾ ਲਗਣੀ ਸੀ ਯਾਰ ਇਹਨੇ ਜੋ ਹੱਥ ਪੈਸ਼ਾ ਕਲੀਅਰ ਕੀਤੇ ਨਾ ਉਹ ਆਪਣੇ ਦੋਸਤਾਂ ਨੂੰ ਵਹਾ ਕੇ ਇੱਥੋਂ ਵਾਸਤੇ ਸਿੰਗਲ ਪੈਕੇਟ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਅੱਲਾਹ ਦੀ ਜ਼ਾਤ ਨੇ ਚਾਹਤ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਕੋਸ਼ਿਸ਼ ਕਰਨੀ ਹੈ ਵੀਡੀਓ ਪੂਰੀ ਦੇਖਣੀ ਹੈ ਰੁਟੀਨ ਅੱਛੀ ਲੱਗੇ ਪਸੰਦ ਆਵੇ ਤੇ ਸਪੋਰਟ ਕਰਨੀ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਐ ਯਾਰ ਜਦੋਂ ਪਹਿਲੀ ਦਫਾ ਲੱਗਿਆ ਨਾ ਇੱਕ ਜਮਾ ਲੱਗਣੀ ਸੀ ਅੱਗੇ ਇੱਕ 6 ਤੋਂ ਬਗੈਰ ਫਰਸਟ ਡਰਾ ਨਹੀਂ ਖੁੱਲਣਾ ਸੀ ਇਹ ਲੱਗ ਜਾਂਦਾ 21 ਦਾ ਅਕੜਾ ਫਿਰ ਆ ਕਿ ਯਾਰ ਜਦੋਂ ਜਮਾ ਲੱਗੀ ਇਹ ਸੈਂਟਰ ਲੱਗਿਆ ਅੱਗੇ ਇੱਕ 6 ਤੋਂ ਬਗੈਰ ਫਰਸਟ ਡਰਾ ਨਹੀਂ ਖੁੱਲਣਾ ਸੀ ਤੇ ਇਹ ਲੱਗ ਜਾਂਦਾ ਫਿਰ ਅੱਗੇ ਯਾਰ ਇੱਕ 6 ਤੋਂ ਬਗੈਰ ਫਰਸਟ ਡਰਾ ਨਹੀਂ ਸੀ ਤੇ ਇਹ ਲੱਗ ਜਾਂਦਾ ਤਵਜੋ ਕਰਨੀ ਮੈਂ ਇਹਦੇ ਪੂਰੇ ਐਂਗਲ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਔਰ ਸੈੱਟ ਬਣਾ ਕੇ ਕਲੀਅਰ ਕਰਕੇ ਸਿੰਗਲ ਪੈਕੇਟ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਇਹ ਇੱਕ ਹੋਰ ਸ਼ਰਤ ਸੀ ਯਾਰ ਕਿ ਇਹਨੇ ਇਹਨਾਂ ਹੱਥਾਂ ਦੇ ਵਿੱਚ ਨਾ 40000 ਤੋਂ ਪਹਿਲੇ ਪਹਿਲੇ 70 ਦੀ ਬੈਕ ਲਾਉਣੀ ਸੀ ਇਹ 70 ਦੀ ਬੈਕ ਇਹਨੇ ਲਾਈਏ ਤੇ ਫਿਰ ਅੱਗੇ ਸੀ ਡਰਾ ਕਰਨਾ ਸੀ ਤੇ ਫਿਰ ਇਹਦੇ ਥੱਲੇ ਸੀ ਖੇਡਣਾ ਸੀ ਔਰ ਅੱਗੇ ਵੀ ਕਲੀਅਰ ਤੇ 40000 ਬੌਂਡ ਦੇ ਵਿੱਚ ਨਾ ਇਹਨੇ 6 ਦਾ ਸਿੰਗਲ ਚੌਥਾ ਫਿੰਗਰ ਲਾਉਣਾ ਸੀ 40000 ਬੌਂਡ ਚ ਚੌਥਾ ਫਿੰਗਰ ਕੱਲਾ 6 ਦਾ ਲੱਗਣਾ ਸੀ ਫੇਰਾ ਕੇ ਸੈੱਟ ਲੱਗਿਆ 70 ਦੀ ਬੈਕ ਲਗਣੀ ਸੀ ਯਾਰ ਇਹਦੀ ਮਜਬੂਰੀ ਸੀ ਇਹ ਲੱਗੀ ਯਾਰ ਇਹ ਕਿਛੇ ਦਾ ਲਿੰਕ ਵੀ ਲੱਗਿਆ ਇੱਕ ਜਮਾ ਵੀ ਲੱਗੀ ਹੈ ਅੱਗੇ ਜਾ ਕੇ 40000 ਬੌਂਡ ਦੇ ਵਿੱਚ ਨਾ ਕੱਲਾ ਇੱਕ 6 ਦਾ ਛੋਟਾ ਫਿੰਗਰ ਲੱਗਣਾ ਸੀ ਤੇ ਇਹ ਲੱਗ ਜਾਂਦਾ ਹੈ 34 56 ਇਹ ਲੱਗਿਆ 93 68 ਆਜੀ ਯਾਰ ਵੇਖ ਲਓ ਇਹ 70 ਦੀ ਬੈਕ ਵੀ ਲੱਗ ਚੁੱਕੀ ਹੈ ਚੌਥਾ 6 ਦਾ ਵੀ ਲੱਗ ਚੁਕਿਆ ਯਾਰ 6 ਦਾ ਚੌਥਾ ਫਿਗਰ ਵੀ ਲੱਗ ਚੁਕਿਆ ਹੈ ਚੈੱਕ ਕਰ ਲੋ ਯਾਰ ਅਗਰ ਮੇਰੇ ਦੋਸਤਾਂ ਨੂੰ ਮਿਹਨਤ ਅੱਛੀ ਲੱਗੇ ਪਸੰਦ ਆਵੇ ਤਾਂ ਸਪੋਰਟ ਕਰਨੀ ਮੇਰੇ ਦੋਸਤਾਂ ਨੇ ਇਹ 5 ਦਾ ਸੈਂਟਰ ਲੱਗਿਆ 4 ਫਰਕ ਦੇ ਆਕੜੇ ਨਾਲ ਅੱਗੇ ਇੱਕ ਜਮਾ ਲਗਣੀ ਸੀ ਅੱਗੇ ਇੱਕ 6 ਦਾ ਫਿੰਗਰ ਲੱਗਣਾ ਸੀ ਇਨਾ 40000 ਬਾਂਡ ਤੋਂ ਪਹਿਲੇ ਪਹਿਲੇ 70 ਦੀ ਬੈਕ ਲਗਣੀ ਸੀ ਤੇ ਲੱਗੀ ਤੇ ਅੱਗੇ 40000 ਬਾਉਂਡ ਰਨੇ ਚੌਥਾ ਫਿੰਗਰ 6 ਦਾ ਲਾਣਾ ਸੀ ਤੇ ਫਿਰ ਅਸੀਂ ਡਰਾ ਥੱਲੇ ਖੇਲਣਾ ਸੀ ਫਿਰ ਆ ਕੇ ਯਾਰ ਇਹ 5 ਦਾ ਸੈਂਟਰ ਲੱਗਿਆ ਪਹਿਲੀ ਪੱਟੀ ਤੇ 4 ਫਰਕ ਚ ਅੱਗੇ ਅਕੜਾ ਲੱਗਣਾ ਸੀ 6 ਇੱਕ ਦੀ ਜਮਾ ਕੱਲੀ ਲਗਣੀ ਸੀ 70 ਦੀ ਬੈਕ ਵੀ ਲਗਣੀ ਸੀ ਲੱਗੀ ਯਾਰ 1 6 ਤੋਂ ਬਗੈਰ ਫਸਟ ਡਰਾ ਵੀ ਨਹੀਂ ਹੋਣਾ ਸੀ ਇਸ ਤੋਂ ਅੱਗੇ ਜਾਵਾਂਗੇ ਤੇ 6 ਦਾ ਜਿਹੜਾ ਨਾ ਚੌਥਾ ਫਿੰਗਰ ਇਹਨੇ ਲਾਣਾ ਸੀ ਤੇ ਫਿਰ ਅਸੀਂ 51 ਵਾਲਾ ਡਰਾ ਖੇਲਣਾ ਸੀ ਇਹ ਯਾਰ 5 ਸੈਂਟਰ ਲੱਗਿਆ 4 ਫਰਕ ਚ ਅਕੜਾ ਅੱਗੇ ਲੱਗਿਆ ਇੱਕ ਜਮਾ ਲੱਗੀ 70 ਦੀ ਬੈਕ ਵੀ ਲੱਗੀ ਇੱਕ 6 ਦਾ ਲਿੰਕ ਲੱਗਿਆ ਅਸੀਂ ਫਿਰ ਜਾ ਕੇ ਇੱਥੇ ਡਰਾ ਕਰਨਾ ਸੀ ਤੇ 6 ਦਾ ਚੌਥਾ ਫਿੰਗਰ ਲੱਗਣਾ ਸੀ ਇਹ ਲੱਗਾ ਯਾਰ ਤੇ ਅੱਜ ਅਸੀਂ ਥੱਲੇ ਦੇ ਡਰਾ ਕਰਨਾ ਮੇਰੇ ਦੋਸਤਾਂ ਨੂੰ ਅੱਛੇ ਤਰੀਕੇ ਨਾਲ ਸਮਝ ਆ ਗਈ ਹੋਵੇਗੀ ਅਗਰ ਪਸੰਦ ਆਵੇ ਮਿਹਨਤ ਅਰਸਰ ਚੰਗੀ ਲੱਗੇ ਤੇ ਜ਼ਰੂਰ ਸਪੋਰਟ ਕਰਨੀ ਮੇਰੇ ਭਾਈਆਂ ਨੇ ਅੱਲਾ ਨੇ ਚਾਹਿਆ ਤੇ ਇਨਸ਼ਾਅੱਲਾ ਪਸੰਦ ਆਸੀ ਸਭ ਤੋਂ ਪਹਿਲੇ ਦੀ ਯਾਰ ਨਾ ਇਹ 6 ਦਾ ਗਰ ਇੱਕ ਸਿੰਗਲ ਕਲੋਜ਼ ਲੱਗਣਾ ਸੀ ਅਹ 6 ਚੌਥਾ ਪਹਿਲੇ ਲਗਣਾ ਸੀ ਤੇ 6 ਦਾ ਕਰ ਇੱਕ ਸਿੰਗਲ ক্লোਜ਼ ਲਗਣਾ ਸੀ ਤੇ 41 ਦਾ ਅਕੜਾ ਲੱਗ ਜਾਂਦਾ ਹੈ ਪਹਿਲੀ ਦਫਾ ਫੇਰਾ ਕੀ ਯਾਰ ਅਹ 6 ਲਗਿਆ 6 ਦਾ ਕਰ ਇੱਕ ਸਿੰਗਲ ক্লোਜ਼ ਲਗਣਾ ਸੀ ਯਾਰ ਤੇ 51 ਦਾ ਅਕੜਾ ਲੱਗ ਜਾਂਦਾ ਹੈ ਅੱਜ ਲਗਿਆ ਖਲਾ ਯਾਰ ਕਹਿੰਦਾ ਕਿ 6 ਦਾ ਕਰ ਇੱਕ ਸਿੰਗਲ ਇੱਥੇ ক্লোਜ਼ ਲਾ ਲਓ ਜਿਸ ਤਰੀਕੇ ਨਾਲ ਅਹ 6 ਦਾ ਕਰ ਇੱਕ ক্লোਜ਼ ਫੇਰ ਯਾਰ 6 ਦਾ ਕਰ ਇੱਕ ক্লোਜ਼ ਅੱਜ ਵੀ ਕਹਿੰਦਾ ਕਿ 6 ਦਾ ਕਰ ਇੱਕ ਸਿੰਗਲ ক্লোਜ਼ ਲਾ ਲਓ ਰੂਲ ਦੇ ਮੁਤਾਬਕ ਯਾਰ ਅਗਰ ਮੇਰੇ ਦੋਸਤਾਂ ਨੂੰ ਮਿਹਨਤ ਅੱਛੀ ਲੱਗੇ ਨਾ ਤੇ سپورਟ ਕਰਨੀ ਹੈ ਔਰ ਮੈਂ ਆਪਣੇ ਪੂਰੀ ਰਿਸਰਚ ਕਰਕੇ ਪੂਰੇ ਐਂਗਲ ਜੋ ਮੇਰੀ ਸਮਝ ਆਦਾ ਮੈਂ ਆਪਣੇ ਦੋਸਤਾਂ ਆਪਣੇ ਭਾਈਆਂ ਦੇ ਨਾਲ ਸ਼ੇਅਰ ਕਰ ਰਿਹਾ ਇਹ ਕਹਿੰਦਾ ਕਿ ਸਿੰਗਲ ਇੱਕ ਦਾ ਕਲੋਜ਼ ਲਾ ਲਓ ਇਹ ਮੇਰੇ ਫਾਈਨਲ ਲਿੰਕ ਹੈ ਜੇ ਟੋਟਲ ਮੈਂ 4 ਵੀਡੀਓ ਲਾਈਆਂ ਨੇ 30 ਦਾ ਅਕੜਾ 90 ਦਾ 85 ਦਾ ਤੇ 49 ਦਾ ਅੱਜ ਦਾ ਅਕੜਾ ਤੇ ਅੱਜ ਦੀ ਪੈਕੇਟ ਸਿੰਗਲ ਪੈਕੇਟ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਮੇਰੀ ਕੋਸ਼ਿਸ਼ ਹੁੰਦੀ ਕਿ ਯਾਰ ਮੈਂ ਹਰ ਵੀਡੀਓ ਦੇ ਵਿੱਚ ਨਾ ਇੱਕ ਹੀ ਚੀਜ਼ ਆਪਣੇ ਦੋਸਤਾਂ ਦੇ ਸਾਹਮਣੇ ਰੱਖਾਂ ਔਰ ਲਾਈਕ ਕਰਨਾ ਨਹੀਂ ਭੁੱਲਣਾ ਯਾਰ ਕਾਫੀ ਦੋਸਤ ਹੈਗੇ ਨੇ ਲਾਈਕ ਵੀ ਨਹੀਂ ਕਰਦੇ ਯਾਰ ਵੀਡੀਓ ਵੇਖਦੇ ਮਿਹਨਤ ਵੀ ਆਪਣੇ ਦੋਸਤਾਂ ਦੇ ਸਾਹਮਣੇ ਰੱਖੀ ਦੀਏ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਐ ਯਾਰ ਜਦੋਂ ਪਹਿਲੀ ਦਫਾ ਲੱਗਿਆ ਨਾ ਇੱਕ ਦਾ ਕਰ 6 ਕਲੋਜ਼ ਲਗਣਾ ਸੀ ਜਦੋਂ ਪੂਰਾ ਐਂਗਲ ਕਰਕੇ ਆ ਜਾਣਾ ਸੀ ਨਾ ਇਹ 6 ਦਾ ਕਰ ਇੱਕ ਕਲੋਜ਼ ਲਗਣਾ ਸੀ ਇਹ ਸੈਂਟਰ ਦੀ ਬਾਕੀ ਸਫਾ ਲਗਣਾ ਸੀ ਯਾਰ ਤੇ ਇਹ 6 ਸੀ 6 ਦੀ ਬਾਕੀ 4 ਸਿੰਗਲ ਸਫਾ ਲਗਣਾ ਸੀ 41 ਦਾ ਅਕੜਾ ਪਹਿਲੀ ਦਫਾ ਲੱਗ ਜਾਂਦਾ ਯਾਰ ਫੇਰ ਆ ਕੇ ਯਾਰਾ 6 ਦਾ ਕਰ ਇੱਕ ক্লোਜ਼ ਲਗਣਾ ਸੀ ਤੇ ਇਹ ਸੈਂਟਰ ਕੀ ਹੈਗਾ ਸੀ 5 5 ਦੀ ਬਾਕੀ 5 ਸਿੰਗਲ ਓਪਨ ਲਗਣਾ ਸੀ ਯਾਰ 51 ਦਾ ਅਕੜਾ ਲੱਗ ਜਾਂਦਾ ਪਹਿਲੇ 41 ਲੱਗਿਆ ਫਿਰ 51 ਲੱਗਿਆ ਅੱਜ ਕਹਿੰਦਾ ਕਿ 3 ਦੀ ਬਾਕੀ 7 ਸਿੰਗਲ ਓਪਨ ਲਾਓ ਇੱਕ ਦਾ ক্লোਜ਼ ਲਾਓ ਤੇ ਆਕੜਾ ਕੀ ਬਣ ਗਿਆ ਯਾਰ 71 ਦਾ ਹੁਣ ਮੈਂ ਆਪਣੇ ਦੋਸਤਾਂ ਨੂੰ ਪੈਕਟ ਦੀ ਜਮ੍ਹਾਂ ਵੀ ਵਿਖਾਵਾਂਗਾ ਸਿੰਗਲ ਓਪਨ ਸਿੰਗਲ ক্লোਜ਼ ਤੇ ਆਕੜਾ ਕੀ ਬਣਦਾ ਯਾਰ ਐ 71 ਦਾ ਅਗਰ ਮੇਰੇ ਦੋਸਤਾਂ ਨੂੰ ਇਹ ਆਕੜਾ ਚੰਗਾ ਲੱਗੇ ਤੇ ਆਪਣੀ ਗੇਮ 'ਚ ਸ਼ਾਮਲ ਕਰਨਾ ਹੈ ਅਦਰਵਾਇਜ਼ ਇਗਨੋਰ ਕਰ ਦੇਣਾ ਛੋੜ ਦੇਣਾ ਹੈ ਔਰ ਪੈਕਟ ਵੀ ਕੱਲੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਅੱਲਾ ਨੇ ਚਾਹਿਆ ਤੇ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਮਿਹਨਤ ਵੀ ਅੱਛੀ ਲੱਗੀ ਹੋਵੇਗੀ ਔਰ ਪਸੰਦ ਵੀ ਆਏਗੀ ਯਾਰ ਆ ਚਾਰ ਫਰਕ ਚ ਆਕੜਾ ਲੱਗਿਆ ਪੰਜ ਦਾ ਸੈਂਟਰ ਲੱਗਿਆ ਜਦੋਂ ਪਹਿਲੀ ਪੱਟੀ ਤੇ ਇੱਕ ਜਮਾ ਵੀ ਲੱਗੀ ਇੱਕ ਛੇ ਦਾ ਲਿੰਕ ਵੀ ਲੱਗਿਆ 70 ਦੀ ਬੈਕ ਵੀ ਲੱਗੀ ਅੱਗੇ ਛੇ ਦਾ ਚੌਥਾ ਵੀ ਲੱਗਿਆ ਅੱਜ ਅਸੀਂ ਥੱਲੇ ਖੇਡਣਾ ਯਾਰ ਛੇ ਦੀ ਬਾਕੀ ਓਪਨ ਐਸ ਛੇ ਦਾ ਕਰ ਕਲੋਜ਼ 41 ਦਾ ਆਕੜਾ ਫਸਟ ਫੇਰ ਯਾਰਾ 6 ਦਾ ਕਰ ਕਲੋਜ਼ ਐ ਸੈਂਟਰ ਦੀ ਬਾਕੀ ਓਪਨ 51 ਦਾ ਅਕੜਾ ਅੱਜ ਕਹਿੰਦਾ ਕਿ 6 ਦਾ ਕਰ ਇੱਕ ਕਲੋਜ਼ ਲਾ ਤੇ 3 ਨਗਾ 3 ਦੀ ਬਾਕੀ 7 ਸਿੰਗਲ ਓਪਨ ਲਾ ਔਰ ਸਿੰਗਲ ਓਪਨ ਤੇ 71 ਦਾ ਅਕੜਾ ਉਹ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿੱਤਾ ਹੁਣ ਪੈਕਟ ਦੀ ਜਮ੍ਹਾਂ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਦਾ ਪਿਆ ਐ ਯਾਰ ਉੱਥੇ ਓਪਨ ਕੀਏ 9 ਥੱਲੇ 9 ਜਮ੍ਹਾਂ ਚ ਪੈਕਟ ਲਗਣੀ ਸੀ ਯਾਰ ਐ 4 ਤੇ 4 8 ਤੇ 1 9 ਕੱਲੀ 9 ਜਮਾ ਚ ਪੈਕੇਟ ਲਗਣੀ ਸੀ ਯਾਰ ਤੇ ਇਹ ਲੱਗ ਜਾਂਦੀ 9 ਜਮਾ ਚ ਪੈਕੇਟ 41 4 ਦੀ ਫਿਰ ਆ ਕੇ ਯਾਰ ਜਦੋਂ ਦੂਸਰੇ ਹੱਥ ਤੇ ਸੀ ਖੇਲਣਾ ਸੀ ਅਸੀਂ ਇੱਥੇ ਡਰਾ ਕਰਨਾ ਸੀ ਯਾਰ ਉੱਤੇ ਓਪਨ 3 ਨੇ 3 ਦੀ ਜਮਾ ਪੈਕੇਟ ਦੀ ਲਗਣੀ ਸੀ ਇਹ 51 ਦਾ ਅਕੜਾ ਸੀ ਤੇ ਜਮਾ 3 ਦੀ ਬਣਨੀ ਸੀ ਇੱਕੋ ਹੀ ਪੈਕੇਟ ਬਣਨੀ ਸੀ ਇਹ ਦੇਖੋ ਯਾਰ ਜਦੋਂ ਅਸੀਂ 9 ਜਮਾ ਲਾਣੀ ਸੀ ਇਹ 41 ਦੇ ਨਾਲ 4 ਦੇ ਸੈਂਟਰ ਲੱਗਣਾ ਸੀ ਤੇ 9 ਜਮਾ ਚ ਪੈਕੇਟ ਬਣਨੀ ਸੀ ਯਾਰ ਅਸੀਂ ਜਦੋਂ ਉੱਤੇ 3 ਦਾ ਓਪਨ ਹੈ ਉੱਤੇ 3 ਦਾ ਓਪਨ ਐ ਤੇ ਥੱਲੇ ਸੀ 51 ਦਾ ਅਕੜਾ ਬਣਾਉਣਾ ਸੀ ਤੇ ਸੈਂਟਰ ਕੱਲਾ 6 ਦਾ ਲਾਉਂਦੇ ਤਾਂ ਤਿੰਨ ਜਮਾ ਬਣਨੀ ਸੀ ਨਾ ਯਾਰ ਤੇ ਇਹ 51 6 ਦੀ ਪੈਕਟ ਲੱਗ ਜਾਂਦੀ ਅੱਜ ਯਾਰ ਅਸੀਂ ਇੱਥੇ ਡਰਾ ਕਰਨਾ ਹੈ ਕਹਿੰਦਾ ਕਿ ਤਿੰਨ ਦੀ ਬਾਕੀ ਸੱਤ ਸਿੰਗਲ ਓਪਨ 6 ਦਾ ਕਰ ਇੱਕ ਕਲੋਜ਼ ਉੱਤੇ ਜਮਾ ਕੀ ਲੱਗੇ ਪੈਕਟ ਦੀ ਦੋ ਕਹਿੰਦਾ ਕੱਲੀ ਦੋ ਜਮਾ ਚ ਪੈਕਟ ਲਾਓ 71 ਦੇ ਅਕੜੇ ਨਾਲ ਉਹ ਸੈਂਟਰ ਲਾਓ ਜਿੰਦੀ ਜਮਾ ਦੋ ਬਣ ਜਾਵੇ ਜਿਸਕੇ ਨਾਲ 41 ਦੇ ਅਕੜੇ ਨਾਲ ਇਹ ਨੌ ਜਮਾ ਬਣਾਨੀ ਸੀ ਚਾਰ ਦਾ ਸੈਂਟਰ ਲੱਗਣਾ ਸੀ ਫਿਰ 51 ਦੇ ਅਕੜੇ ਨਾਲ ਯਾਰ ਤਿੰਨ ਜਮਾ ਬਣਾਣੀ ਸੀ ਪੈਕਟ ਦੀ ਪੂਰੀ ਪੈਕਟ ਦੀ ਤਿੰਨਾ ਫਿੰਗਰਾਂ ਦੀ ਜਮਾ ਤਿੰਨ ਲਗਣੀ ਸੀ ਇਹ 6 ਤੇ 6 12 2 ਤੇ 1 3 ਤਿੰਨ ਜਮਾ ਚ ਪੈਕਟ ਲਗਣੀ ਸੀ ਯਾਰ ਤੇ ਐਸੀ 51 ਦੇ ਨਾਲ ਅਸੀਂ ਕਿਹੜਾ ਸੈਂਟਰ ਲਾਣਾ ਸੀ 6 ਦੇ ਲਗਣਾ ਸੀ ਨਾ ਆਜੀ ਯਾਰ ਪੈਕਟ ਦੀ ਜਮਾ ਕਹਿੰਦਾ ਕਿ ਸਿੰਗਲ 2 ਦੀ ਇੱਥੇ ਪਲੇ ਕਰ ਲੋ ਰੂਟ ਦੇ ਮੁਤਾਬਕ ਸਿੰਗਲ 2 ਜਮਾ ਯਾਰ ਅਸੀਂ ਜਦੋਂ 71 ਦੇ ਆਕੜੇ ਨਾਲ ਦੋ ਜਮਾ ਚ ਪੈਕਟ ਬਣਾਵਾਂਗੇ ਤੇ ਪੈਕਟ ਕਿਹੜਾ ਸੈਂਟਰ ਨਾਲ ਲੱਗੇਗਾ ਸਿੰਗਲ 3 ਦਾ ਐ ਸੈਂਟਰ ਲੱਗਦਾ ਯਾਰ 71 3 ਦੀ ਪੈਕਟ ਬੜੀ ਪਿਆਰੀ ਪੈਕਟ ਏ ਯਾਰ ਇਹ ਪੈਕਟ ਜਮਾ 2 71 ਦਾ ਆਕੜੇ ਨਾਲ ਪੈਕਟ ਦੀ ਜਮਾ 2 ਲੱਗਦੀ ਏ ਐ ਸੈਂਟਰ 5 ਦੇ ਵੱਲੇ ਨਾਲੇ 5 ਦਾ ਸੈਂਟਰ ਲੱਗਿਆ 4 ਫਰਕ ਚੱਗੇ ਆਕੜਾ ਲੱਗਣਾ ਸੀ ਅੱਗੇ ਇੱਕ ਜਮਾ ਅੱਗੇ 70 ਦੀ ਬੈਕ ਵੀ ਲੱਗਣੀ ਸੀ ਆ ਲੱਗੀ ਅੱਗੇ 6 ਦਾ ਚੌਥਾ ਫਿੰਗਰ ਲੱਗਣਾ ਸੀ ਲੱਗਿਆ ਥੱਲੇ ਸਿੱਕੇ ਨਾਲ ਸੀ ਇੱਕ 6 ਦਾ ਕਰ ਇੱਕ ਕਲੋਜ਼ ਇਹਦੀ ਬਾਕੀ ਓਪਨ ਇਹ ਉੱਤੇ 9 ਸੀ 9 ਦੀ ਜਮਾ ਚ ਪੈਕਟ ਪੂਰੀ ਲੱਗਣੀ ਸੀ ਯਾਰ ਪੈਕਟ ਤਿੰਨਾ ਫਿੰਗਰਾਂ ਦੀ ਇਹ ਲੱਗਣੀ ਸੀ ਤੇ ਆ ਲੱਗੀ ਯਾਰ ਫੇਰ ਯਾਰ ਇਸੇ ਤਰੀਕੇ ਨਾਲ ਹੀ ਇਹ ਚਾਰ ਫਰਕ ਪੰਜ ਦਾ ਸੈਂਟਰ ਚਾਰ ਫਰਕ ਆਕੜਾ ਅੱਗੇ 1 6 1 ਜਮਾ ਵੀ ਅੱਗੇ 70 ਦੀ ਬੈਕ ਵੀ ਲੱਗੀ 1 6 ਦਾ ਲਿੰਕ ਵੀ ਲੱਗ ਗਿਆ ਅੱਗੇ ਸੀ ਟਰਾਂ ਕਰਨਾ ਸੀ 40000 ਬੌਂਡ ਨੇ 6 ਦਾ ਚੌਥਾ ਫਿੰਗਰ ਲਾਣਾ ਸੀ ਇਹਦਾ ਘਰ ক্লোਜ਼ ਲੱਗਣਾ ਸੀ ਇਹਦੀ ਬਾਕੀ ਓਪਨ ਲੱਗਣਾ ਸੀ ਤੇ ਇਹ ਤਿੰਨ ਸੀ ਤਿੰਨ ਜਮਾ ਚ ਪੈਕਟ ਲਗਣੀ ਸੀ ਤੇ ਇਹ ਲੱਗ ਗਈ ਯਾਰ ਤਿੰਨ ਜਮਾ ਚ ਪੈਕਟ ਅੱਜ ਕਹਿੰਦਾ ਕਿ ਯਾਰ ਸਾਰਾ ਕੁਝ ਉਸੇ ਤਰੀਕੇ ਨਾਲ ਹੀ ਫਾਈਨਲ ਕਰਕੇ ਖੜਾ ਹੈ ਕਹਿੰਦਾ ਕਿ 6 ਦਾ ਘਰ ਇੱਕ ক্লোਜ਼ ਤਿੰਨ ਦਾ ਘਰ ਅਤਨਦੀ ਬਾਕੀ 7 ਸਿੰਗਲ ਓਪਨ ਉੱਤੇ 2 ਪਿਆ ਕੱਲੀ 2 ਦੀ ਜਮਾ ਪੈਕਟ ਦੀ ਲਾਓ ਇਹ ਪੈਕਟ ਬੰਦੀ ਯਾਰ ਇਹ ਮੇਰੇ ਫਾਈਨਲ ਲਿੰਕ ਨੇ ਇਹ ਪੈਕਟ ਕਿਸੇ ਦੋਸਤ ਦੀ ਸਮਝ ਆ ਜਾਵਣ ਇਹ 5 ਆਕੜੇ ਨੇ ਯਾਰ ਤੇ 5 ਹੀ ਪੈਕਟਾਂ ਨੇ ਲੰਮੀ ਗੇਮ ਕੋ ਨਹੀਂ ਹੈਗੀ ਮੈਂ ਸ਼ਾਰਟਕਟ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਸ਼ਾਰਟਕਟ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਉਮੀਦ ਹੈ ਮੇਰੇ ਦੋਸਤਾਂ ਨੂੰ ਮੇਰੀ ਮਿਹਨਤ ਅੱਛੀ ਲੱਗੀ ਹੋਵੇਗੀ ਪਸੰਦ ਵੀ ਆਈ ਹੋਵੇਗੀ ਇਨਸ਼ਾਅੱਲਾ ਅਗਲੀ ਵੀਡੀਓ ਪਾਕਿਸਤਾਨੀ ਪ੍ਰੀਮੀਅਮ ਬੌਂਡ ਵਾਸਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਉਹਨਾਂ ਤੱਕ ਇਜਾਜ਼ਤ ਦਿਓ ਅੱਲਾ ਹਫੀਜ਼